ਅੱਜ ਮੈਂ ਫਿਰ OCI ਕਾਰਡ ਅਪਡੇਟ ਕੀਤਾ ਤੈਨੂੰ OCI ਕਾਰਡ ਅਪਡੇਟ ਕੀਤਾ ਤੇ ਮੈਨੂੰ ਇੱਕ ਪ੍ਰੋਬਲਮ ਆ ਰਹੀ ਸੀ ਵਾਰ-ਵਾਰ ਜਦੋਂ ਮੈਂ ਆਨਲਾਈਨ OCI ਕਾਰਡ ਅਪਡੇਟ ਕਰ ਰਿਹਾ ਸੀ ਤੇ ਜਦੋਂ ਅੱਧਿਕ ਐਪਲੀਕੇਸ਼ਨ ਮੈਂ ਭਰੀ ਤੇ ਨਾਲ ਹੀ ਜਿਹੜਾ ਵੈਬ ਬ੍ਰਾਊਜ਼ਰ ਸੀ ਉਹ ক্লোਜ਼ ਹੋ ਗਿਆ ਬੰਦ ਹੋ ਗਿਆ ਜਿੱਦਾਂ ਕਹਿ ਦਿੰਦੇ ਆਪਾਂ ਉੱਡ ਗਿਆ ਠੀਕ ਹੈ ਜੀ ਪਰ ਮੈਂ ਪਹਿਲਾਂ ਇੱਕ ਸਕਰੀਨਸ਼ਾਟ ਲੈ ਲਿਆ ਸੀ ਜਿਹਦੇ ਵਿੱਚ ਆਪਾਂ ਨੂੰ ਜਿਹੜਾ ਟੈਂਪਰੇਰੀ ਨੰਬਰ ਮਿਲ ਜਾਂਦਾ ਆ ਉਹ ਹੈਗਾ ਸੀ ਠੀਕ ਹੈ ਜੀ ਫਿਰ ਮੈਂ ਕੀ ਕੀਤਾ ਆ ਵੈਬ ਬ੍ਰਾਊਜ਼ਰ ਚੇਂਜ ਕੀਤਾ ਕਿਉਂਕਿ ਮੈਂ ਮੈਕ ਤੇ ਕੰਮ ਕਰਦਾ ਆ ਫਿਰ ਮੈਂ ਸਫਾਰੀ ਯੂਜ਼ ਕੀਤਾ ਸਫਾਰੀ ਤੇ ਗੂਗਲ ਸਰਚ ਕਰਕੇ ਤੇ ਜਦੋਂ ਮੈਂ ਉਹਦੇ ਉੱਪਰ ਅਪਡੇਟ ਕਰਨਾ ਸ਼ੁਰੂ ਕੀਤਾ ਤੇ ਕੋਈ ਪ੍ਰੋਬਲਮ ਨਹੀਂ ਆਈ ਸੋ ਮੇਰੇ ਕਹਿਣ ਦਾ ਮਤਲਬ ਇਹੋ ਹੀ ਆ ਕਿ ਜਦੋਂ ਆਪਾਂ ਆਨਲਾਈਨ ਕੋਈ ਵੀ ਕੰਮ ਕਰ ਰਹੇ ਹੋਣੇ ਆ ਖਾਸ ਕਰਕੇ ਐਂਬੈਸੀ ਦਾ ਕੰਮ ਠੀਕ ਹੈ ਜੀ ਜਾਂ ਕੋਈ ਆਨਲਾਈਨ ਟਿਕਟ ਆਪਾਂ ਖਰੀਦ ਰਹੇ ਹੋਣੇ ਆ ਜੇ ਤੁਹਾਨੂੰ ਵੀ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਕੋਈ ਹੋਰ ਆਪਣਾ ਵੈਬ ਬ੍ਰਾਊਜ਼ਰ ਚੂਜ਼ ਕਰ ਸਕਦੇ ਹੋ ਜਿਦਾ ਗੂਗਲ ਕ੍ਰੋਮ ਹੋ ਗਿਆ ਆਪਣਾ ਫਾਇ ਜਿਹੜਾ ਵੀ ਤੁਹਾਡੇ ਕੋਲ ਹੈਗਾ ਆ अवेलेबल ਤੁਸੀਂ ਬ੍ਰਾਊਜ਼ਰ ਜਿਹੜਾ ਆ ਵੈਬ ਬ੍ਰਾਊਜ਼ਰ ਉਹ ਚੇਂਜ ਕਰ ਸਕਦੇ ਹੋ ਤੇ ਆਈ ਥਿੰਕ ਜਿਹੜੀ ਇਹ ਪ੍ਰੋਬਲਮ ਆ ਤੁਹਾਡੀ ਸੋਲਵ ਹੋ ਜਾਏਗੀ ਜੇ ਹੋਰ ਵੀ ਕਿਸੇ ਭੈਣ ਭਰਾ ਨੂੰ ਇਸ ਬਾਰੇ ਜਾਦਾ ਪਤਾ ਹੋਵੇ ਤੇ ਕਮੈਂਟ ਬਾਕਸ ਵਿੱਚ ਲਿਖ ਸਕਦਾ ਆ ਬਾਕੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਿਓ ਤਾਂ ਜੋ ਜਾਤ ਜਿਆਦਾ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਜਾਣੇ ਜਾਣੇ ਵਿੱਚ ਤੁਹਾਡਾ ਲਵ ਸਿੰਗਨ ਦੋ ਇਹਾਂ ਜੋੜ ਕੇ ਤੁਹਾਡਾ ਮਾਫੀ ਚਾਹੁੰਦਾ ਜੀ ਸਸਤਰੇ ਕਾਲ ਸਰਨ ਤੇ ਜਉਣ ਦੇ ਵਸਤਰ